ਸ਼੍ਰੀਕਾਲ ਜੀ ਸਾਰਿਆਂ ਨੂੰ, ਹੋਪ ਆਲ ਆਫ ਯੂ ਆਰ ਡੂਇੰਗ ਓਕੇ ਐਂਡ ਵੈਲਕਮ ਟੂ ਦਿਸ ਨਿਊ ਵੀਡੀਓ। ਮੈਂ ਰਨ ਆਪਣਾ ਕੰਪਲੀਟ ਕਰ ਲਾਂ, ਫਿਰ ਕਰਦੇ ਹਾਂ ਗੱਲ। ਹਾਂਜੀ, ਸੋ ਨਾ ਤੋ ਲਿਆ, ਸੋ ਫਸਟ ਟਾਸਕ ਆਫ ਦ ਡੇ, ਮਤਲਬ ਹੁਣ ਤਾਂ ਸ਼ਾਮ ਹੋ ਗਈ ਵੈਸੇ, ਬਾਕੀ ਸਾਰੀ ਜ਼ਮੀਨ ਤਾਂ ਆਪਣੇ ਕਿਰਾਏ 'ਤੇ ਹੈ, ਬਟ ਆਹ ਦੋ ਪਲੇਸਿਸ ਆਪਾਂ ਛੱਡੀਆਂ ਹੋਈਆਂ ਘਰ ਦੀ ਸਬਜ਼ੀ ਉਗਾਉਣ ਲਈ, ਉਸ ਵਾਲੀ ਜਗ੍ਹਾ 'ਤੇ ਦੂਜੇ ਸਬਜ਼ੀਆਂ ਲਾਈਆਂ ਹੋਈਆਂ। ਇੱਥੇ ਹੁਣ ਜਿੱਦਾਂ ਆਪਾਂ ਭਿੰਡੀ ਲਾ ਰਹੇ ਹੁਣ, ਪਹਿਲਾਂ ਜਿਹੜੀਆਂ ਇੱਕ ਹਫ਼ਤੇ ਪਹਿਲਾਂ ਭਿੰਡੀਆਂ ਲਾਈਆਂ ਸੀ ਉਹਨਾਂ ਦੇ ਵਿੱਚ ਤਾਂ ਕੁਝ ਬੂਟੇ ਤਾਂ ਉੱਗ ਗਏ ਆ, ਜਸਟ ਲਾਈਕ ਦਿਸ। ਜਿਹੜਾ ਹੁਣ ਬੱਚੇ ਆ ਹੁਣ ਦੁਬਾਰਾ ਲਾ ਰਹੇ ਹਾਂ, ਜੋ ਉਹ ਜਲਦੀ ਉੱਗੇ ਆ, ਜੈਸੇ ਉਨ੍ਹਾਂ ਛੋਟੇ ਪਲਾਂਟਸ ਹੋ ਗਏ ਹੈ, ਅਗਰ ਉਨ੍ਹਾਂ ਭਿਗੋ ਕੇ ਲਗਾਤੇ ਹੈ ਤਾਂ ਇਹ ਜਲਦੀ ਉੱਗਤੇ ਹੈ ਐਜ਼ ਕੰਪੇਅਰ ਟੂ ਜੋ ਹਮ ਸੂਖੇ ਸੀਡਸ ਲਗਾਤੇ ਹੈ। ਤੋ ਇਹ ਹਮਨੇ ਇਸ ਲਈ ਭਿਗੋ ਰੱਖੇ ਹੈ, ਅਭੀ ਸਪੀਡ ਅਪ ਹੋ ਜਾਏ ਥੋੜ੍ਹੀ ਪ੍ਰੋਸੈਸ। ਸੋ ਮੈਂ ਆਪਕੋ ਟੈਕਨੀਕ ਸਮਝਾ ਦਿੱਤਾ ਹੂੰ ਕਿ ਕੈਸੇ ਲਗਾਣਾ ਹੈ। ਪਹਿਲੀ ਵਾਰ ਤੋਂ ਜਹਾਂ ਪੇ ਹਮਨੇ ਲਗਾ ਦਿਆ ਹੈ, ਗੈਪ ਦੇਣਾ ਪੜੇਗਾ, ਯਹਾਂ ਸੇ ਲੈ ਕੇ ਇਤਨਾ ਤੱਕ। ਤੋ ਮੈਨੇ ਯਹਾਂ ਸੇ ਯਹਾਂ ਇਤਨਾ ਗੈਪ, ਐਂਡ ਯਹਾਂ ਪੇ ਅਬ ਮੈਂ ਥੋੜ੍ਹਾ ਸਾ ਇਸਕੋ ਖੋਦੂੰਗਾ। ਬੀਜ ਕੋ ਜ਼ਿਆਦਾ ਡੀਪ ਨਹੀਂ ਲਗਾ ਸਕਤੇ ਹਮ, ਹਮਨੇ ਇਤਨਾ ਸਰਫੇਸ ਪੇ ਵੀ ਨਹੀਂ ਲਗਾਣਾ ਕਿ ਉਸਕੋ ਸੋਇਲ ਪਕੜ ਹੀ ਨਾ ਪਾਏ, ਲੇਕਿਨ ਇਤਨਾ ਡੀਪ ਵੀ ਨਹੀਂ ਲਗਾਣਾ ਕਿ ਉਸਕੋ ਨਿਊਟ੍ਰੀਸ ਮਿਲ ਕੇ ਉਹ ਬਾਹਰ ਨਿਕਲ ਵੀ ਨਾ ਪਾਏ। ਹਮ ਯਹਾਂ ਪੇ ਲਗਾਏਂਗੇ ਐਂਡ ਇਸਕੋ ਥੋੜ੍ਹਾ ਸਾ ਹਮਨੇ ਕਵਰ ਕਰ ਦੇਣਾ, ਜਸਟ ਲਾਈਕ ਦੈਟ। ਅਭੀ ਮੈਨੇ ਸਾਰੀ ਭਿੰਡੀਆਂ ਲਗਾ ਦੀ ਹੈ, ਤੋ ਉਸਕੋ ਪਾਣੀ ਵੀ ਲਗਾਉਣਾ ਪੜੇਗਾ ਸਾਥ ਕੇ ਸਾਥ। ਇਸਕੇ ਲੀਏ ਮੇਰੀ ਹੈ ਯੇ ਵਾਲੀ ਔਨ ਕਰ ਦਿਆ, ਤੋ ਯੇ ਇਸਮੇ ਯੇ ਭਰ ਜਾਏਗਾ ਪਾਣੀ। ਤੋ ਹਮਨੇ ਪਾਣੀ ਵੀ ਲਗਾ ਦਿਆ ਯਹਾਂ ਪੇ। ਸੋ ਅਬ ਥੋੜ੍ਹਾ ਆਪਕੋ ਗਾਰਡਨ ਕਾ ਟੂਰ ਦੇਂਗੇ ਕਿ ਕੌਣ ਕੌਣ ਸੇ ਵੋ ਪੇੜ ਹੈ। ਸਾਥ ਮੈਂ ਹੈਲਪ ਲੂੰਗਾ ਆਪਣੀ ਮੰਮੀ ਕੀ, ਵੋ ਆਪਣਾ ਕੈਮਰਾ ਪੇ ਆਉਣਾ ਨਹੀਂ ਚਾਹਤੇ ਜ਼ਿਆਦਾ ਦੇਰ ਕੇ ਲੀਏ, ਪਿੱਛੇ ਪਿੱਛੇ ਸੇ ਬਤਾਤੇ ਰਹੇਂਗੇ ਕਿ ਜੋ ਮੇਰੇ ਕੋ ਨਹੀਂ ਆਏਗਾ ਸਮਝ ਮੇਂ। ਵੈਸੇ ਆਦੋ ਕਾ ਤੋ ਮੇਰੇ ਕੋ ਪਤਾ ਹੈ। ਦਿਸ ਇਜ਼ ਮੌਸੰਬੀ, ਦਿਸ ਇਜ਼ ਸੰਤਰਾ, ਅਤੇ ਆਹ ਕਿਹੜਾ ਮੀ, ਦਿਸ ਇਜ਼ ਆਲੂ ਬੁਖਾਰਾ, ਦਿਸ ਇਜ਼ ਆੜੂ ਮੈਂਗੋ, ਦਿਸ ਇਜ਼ ਚੀਕੂ, ਪੰਜਾਬੀ ਮੇ ਵੀ ਕਾਲ ਇਟ ਗੱਬੂ ਗੋਸ਼ਾ, ਸੋ ਦਿਸ ਇਜ਼ ਗੱਬੂ ਗੋਸ਼ਾ, ਦਿਸ ਇਜ਼ ਆਮਲਾ, ਦਿਸ ਇਜ਼ ਅੰਗੂਰ। ਮੈਨੇ ਪੂਰਾ ਸਟੈਂਡ ਬਣਾ ਰੱਖਿਆ ਯਹਾਂ ਪੇ, ਜੈਸੇ ਲਟਕਤੇ ਹੈ ਗੁੱਛੇ, ਸੋ ਯੇ ਲਗਾ ਵੀ ਹੋਇਆ ਯਹਾਂ ਪੇ, ਅਭੀ ਇਨੀਸ਼ੀਅਲ ਸਟੇਜਿਸ ਪੇ ਹੈ ਹਮਾਰੇ ਗ੍ਰੇਪਸ। ਸੋ ਯੇ ਪੂਰੀ ਲੋਡ ਹੋ ਜਾਤੀ ਹੈ ਵੈਨ ਦੇ ਫੁੱਲੀ ਗਰੋ ਅਪ, ਔਰ ਯੇ ਆਪਣਾ ਅਨਾਰ, ਦਿਸ ਇਜ਼ ਬੇਰੀ ਲੀਚੀ। ਦਿਸ ਵਾਜ਼ ਅ ਕੁਇਕ ਟੂਰ ਆਫ ਦਿਲਬਾਗ ਕਾ ਬਾਗ, ਲੈਟਸ ਮੂਵ ਔਨ। ਸ਼ਾਮ ਹੋ ਰਹੀ ਹੈ, ਅੰਧੇਰਾ ਹੋਣੇ ਸੇ ਪਹਿਲੇ ਇੱਕ ਕਾਮ ਔਰ ਹੈ ਜੋ ਹਮੇ ਕਰਨਾ ਹੈ। ਪਹਿਲੇ ਹਮਨੇ ਇੱਕ ਪੈਰਟ ਰੱਖਾ ਹੁਆ ਥਾ, ਜਿਸਕੋ ਹਮਨੇ ਪਿੰਜਰੇ ਮੇਂ ਰੱਖਾ ਹੁਆ ਥਾ, ਹਮੇ ਸਮਝ ਮੇਂ ਆਇਆ ਕਿ ਹਮੇ ਬੰਦ ਨਹੀਂ ਕਰਨਾ ਚਾਹੀਏ, ਤੋ ਹਮਨੇ ਵੋ ਪਿੰਜਰਾ ਖੋਲ ਦਿਆ ਥਾ, ਉਸ ਪੈਰਟ ਕੋ ਜੰਗਲ ਮੇਂ ਛੋੜ ਦਿਆ ਥਾ। ਯੇ ਸਾਰਾ ਆਪ ਦੇਖ ਪਾ ਰਹੇ ਹੋ, ਇਹ ਜੰਗਲ ਹੀ ਜੰਗਲ ਹੈ। ਸੋ ਅਬ ਵੋ ਪਿੰਜਰਾ ਤੋ ਖਾਲੀ ਪੜਾ ਹੋਇਆ, ਤੋ ਵਟ ਆਈ ਥਿੰਕ ਕਿ ਮਾਰੇ ਲਈ ਤੋ ਵੇਸਟਫੁਲ ਪੜਾ ਹੋਇਆ, ਬਾਹਰ ਰੱਖ ਦੇਂਗੇ, ਉਸਕੇ ਅੰਦਰ ਹਮ ਪਾਣੀ ਵਗੈਰਾ ਰੱਖ ਦੇਂਗੇ, ਦਾਣੇ ਵਗੈਰਾ ਰੱਖ ਦੇਂਗੇ, ਤੋ ਵੋ ਉਨਕੋ ਖਾ ਸਕਤੇ ਹੈ, ਐਂਡ ਉਨਕੇ ਵੋ ਕਾਮ ਆ ਜਾਏਗਾ, ਹਮਾਰੇ ਤੋ ਕਿਸੀ ਕਾਮ ਨਹੀਂ ਪੜਾ ਹੋ, ਤੋ ਮੈਂ ਉਸਕੋ ਉੱਪਰ ਸੇ ਨਿਕਾਲ ਕੇ ਯਹਾਂ ਪੇ ਬਾਹਰ ਟਾਂਗਤਾ ਹੂੰ। ਸੋ ਦਿਸ ਇਜ਼ ਦੈਟ ਪਿੰਜਰਾ ਜੋ ਹਮਨੇ ਪੈਰਟ ਕੇ ਲਈ ਰੱਖਾ ਥਾ, ਅਬ ਇਸਕੋ ਹਮ ਨਿਕਾਲ ਕੇ ਬਾਹਰ ਟਾਂਗਤੇ ਹੈ ਕਹੀਂ ਪੇ, ਔਰ ਇਸਮੇ ਪਾਣੀ ਵਗੈਰਾ ਰੱਖ ਦੇਂਗੇ, ਤਾਂ ਕਿ ਬਾਅਦ ਮੇਂ ਪੰਛੀ ਦਾਣਾ ਚੁੱਪ ਪਾਏ ਇਸਮੇ ਸੇ। ਇੰਸਟਾਲਡ, ਤੋ ਦੈਟ ਵਾਜ਼ ਇਟ ਇਨ ਦਾ ਵਲੋਗ। ਆਜ ਕਾ ਦਿਨ ਥਾ, ਕੁਝ ਜ਼ਿਆਦਾ ਖਾਸ ਹੋਤਾ ਨਹੀਂ ਯਾਰ, ਸਾਰੇ ਦਿਨ ਵਿਹਲੇ ਹੀ ਰਹਤੇ ਹੈ, ਆਜ ਕੁਛ ਕਰਨੇ ਕੋ ਤਾਂ ਆਈ ਥੋਟ ਕਿ ਵਲੋਗ ਰਿਕਾਰਡ ਕਰ ਲੈਤੇ ਹੈ। ਇਫ ਯੂ ਲਾਈਕ ਦਿਸ ਵੀਡੀਓ, ਮੇਕ ਸ਼ੋਰ ਯੂ ਪ੍ਰੈਸ ਦ ਲਾਈਕ ਬਟਨ ਐਂਡ ਕਮੈਂਟ, ਆਪਕੀ ਮਰਜ਼ੀ ਹੈ, ਬਾਕੀ ਸਬਸਕ੍ਰਾਈਬ ਇਫ ਯੂ ਹੈਵਨਟ ਆਲਰੇਡੀ। ਵਿਦ ਆਲ ਦੈਟ ਸੈਡ ਐਂਡ ਡਨ, ਆਈ ਵਿਲ ਸੀ ਯੂ ਇਨ ਦਾ ਨੈਕਸਟ ਵਨ, ਪੀਸ। ਐਂਡ ਚਾਚਾ ਹੀ ਨਹੀਂ ਕਰਨ ਦਿੰਦੇ ਰਿਕਾਰਡ, ਚਾਚੇ ਦੀ ਲਿਆਵਾਂ ਵੀਡੀਓ ਲਿਆਵਾਂ ਵਿੱਚ, ਨਾ ਚਾਚਾ ਆ ਗਿਆ ਰਿਕਾਰਡਿੰਗ 'ਚ, ਨਹੀਂ ਚਲ ਬੰਦ ਹੀ ਹੈ।